ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੀ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਜੀ। ਜਿਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਫੂਡ ਸਪਲਾਈ ਦੀ ਭਰਤੀ ਦੇ ਬਾਰੇ ਵਿੱਚ, ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਨਾਲ ਡਿਸਕਸ ਕਰਨ ਵਾਲਾ ਹੈ, ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਐਨ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਇਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ, ਹੋਰ ਵੀ ਕਈ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ, ਜਿਹਨਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਜਿਹਦੇ ਲਈ ਸਿੰਪਲੀ ਤੁਸੀਂ ਗੂਗਲ 'ਚ ਜਾਣਾ, ਉੱਥੇ ਜਾ ਕੇ ਟਾਈਪ ਕਰਨਾ ਜੀ ਮੀਤ ਅਕੈਡਮੀ .in। ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ, ਉੱਥੋਂ ਸਾਰੀ ਜੋਬ ਰਿਲੇਟਡ ਅਪਡੇਟ ਡੇਟ ਨੇ ਤੁਸੀਂ ਲੈ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਜਿਹੜਾ ਤੁਸੀਂ ਕਰ ਸਕਦੇ ਹੋ ਜੀ। ਅਤੇ ਚਲੋ ਚੱਲਦੇ ਹਾਂ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਇਸ ਨੋਟੀਫਿਕੇਸ਼ਨ ਦੇ ਬਾਰੇ ਵਿੱਚ। ਕਾਫੀ ਸਾਰੇ ਕੈਂਡੀਡੇਟਸ ਦੇ ਕਮੈਂਟਸ ਆ ਰਹੇ ਸੀਗੇ ਕਿ ਸਾਨੂੰ ਜਿਹੜਾ ਇਹ ਤੁਸੀਂ FCI ਦੀ ਭਰਤੀ ਦੇ ਬਾਰੇ ਵਿੱਚ, ਜਿੱਦਾਂ ਕਿ ਜਿਸਦੇ ਵਿੱਚ ਕਾਫੀ ਸਾਰੀਆਂ ਵੈਕੈਂਸੀਜ਼ ਹੁੰਦੀਆਂ ਨੇ, ਉਹਦੇ ਬਾਰੇ ਅਪਡੇਟ ਜ਼ਰੂਰ ਦਿਓ ਕਿ ਵੈਕੈਂਸੀਜ਼ ਕਿੱਦਾਂ ਤੁਸੀਂ ਅਪਲਾਈ ਕਰ ਸਕਦੇ ਹੋ, ਕੌਣ ਕੌਣ ਅਪਲਾਈ ਕਰ ਸਕਦਾ ਇਹਨਾਂ ਲਈ। ਸੋ ਪੂਰੀ ਜਾਣਕਾਰੀ ਮੈਂ ਤੁਹਾਨੂੰ ਅੱਜ ਇਸ ਵੀਡੀਓ 'ਚ ਦੇਣ ਜਾ ਰਿਹਾ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਜੀ। ਫਸਟ ਟਾਈਮ ਤੁਸੀਂ ਚੈਨਲ 'ਤੇ ਆਏ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਿਓ। ਅਤੇ ਚਲੋ ਅਪਡੇਟ 'ਤੇ ਚੱਲਦਾ, ਉੱਥੇ ਜਾ ਕੇ ਦੱਸਦਾ ਤੁਹਾਨੂੰ ਇਹਨਾਂ ਅਪਡੇਟਸ ਦੇ ਬਾਰੇ ਵਿੱਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ 'ਚ ਕਿਹੜੀਆਂ ਪੋਸਟਾਂ ਹੁੰਦੀਆਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ ਕੀ ਕੁਆਲੀਫਿਕੇਸ਼ਨ ਰਿਕੁਆਇਰਡ ਹੁੰਦੀ ਹੈ। FCI 'ਚ ਸਿਰਫ ਇੱਕ ਹੀ ਪੋਸਟ ਨਹੀਂ ਹੁੰਦੀ ਫੂਡ ਇੰਸਪੈਕਟਰ ਦੀ, ਹੋਰ ਵੀ ਕਈ ਵੈਕੈਂਸੀਜ਼ ਜਿਹੜੀਆਂ ਨੇ ਉਹ ਹੁੰਦੀਆਂ ਨੇ ਜਿਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਜਿੱਦਾਂ ਕਿ ਸਭ ਤੋਂ ਪਹਿਲਾਂ ਇਸ ਦੇ ਵਿੱਚ ਜੂਨੀਅਰ ਇੰਜੀਨੀਅਰ ਦੀਆਂ ਵੈਕੈਂਸੀਜ਼ ਹੁੰਦੀਆਂ ਨੇ, ਜਿਹਦੇ ਲਈ ਤੁਸੀਂ ਗ੍ਰੈਜੂਏਸ਼ਨ ਸਿਵਲ ਇੰਜੀਨੀਅਰਿੰਗ 'ਚ ਕੀਤੀ ਹੈ, ਇਲੈਕਟ੍ਰੀਕਲ ਇੰਜੀਨੀਅਰਿੰਗ 'ਚ ਕੀਤੀ ਹੈ, ਮਕੈਨੀਕਲ ਇੰਜੀਨੀਅਰਿੰਗ 'ਚ ਕੀਤੀ ਹੈ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਜਾਂ ਤੁਸੀਂ ਡਿਪਲੋਮਾ ਸਿਵਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ 'ਚ ਕੀਤਾ ਹੋਇਆ, 1 ਈਅਰ ਦਾ ਰੈਲੇਵੈਂਟ ਐਕਸਪੀਰੀਅੰਸ ਹੈ ਅਗਰ ਡਿਪਲੋਮਾ ਕੀਤਾ ਹੈ, ਅਗਰ ਗ੍ਰੈਜੂਏਸ਼ਨ ਹੈ ਤਾਂ ਤੁਸੀਂ ਇਹਦੇ ਲਈ ਡਾਇਰੈਕਟਲੀ ਵੀ ਅਪਲਾਈ ਕਰ ਸਕਦੇ ਹੋ ਬਿਨਾਂ ਕਿਸੇ ਕੁਆਲੀਫਿਕੇਸ਼ਨ ਐਕਸਪੀਰੀਅੰਸ ਦੇ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਤਾਂ ਇਸਦੇ ਵਿੱਚ ਨੈਕਸਟ ਪੋਸਟ ਹੈਗੀ ਮੈਨੇਜਰ ਜਨਰਲ ਡਿਪੋ ਮੂਵਮੈਂਟ ਦੀ, ਜਿਸਦੇ ਵਿੱਚ ਡਿਗਰੀ ਤੁਸੀਂ ਕੀਤੀ ਹੈ 60% ਮਾਰਕਸ ਦੇ ਨਾਲ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਅਤੇ ਰਿਲੈਕਸੇਸ਼ਨ ਜਿਹੜੀ ਰਿਜ਼ਰਵ ਕੈਟਾਗਰੀ ਵਾਲੇ ਕੈਂਡੀਡੇਟ ਨੂੰ ਮਿਲੇਗੀ। ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਤਾਂ ਮੈਨੇਜਰ ਦੀ ਪੋਸਟ ਹੈ ਜੀ ਅਕਾਊਂਟਸ ਦੀ, ਜਿਸਦੇ ਵਿੱਚ BCOM ਵਾਲੇ ਕੈਂਡੀਡੇਟ ਐਲੀਜੀਬਲ ਨੇ, MBA ਕੀਤਾ ਫਾਈਨਾਂਸ ਦੇ ਵਿੱਚ, ਡਿਪਲੋਮਾ ਮਿਨੀਮਮ 2 ਈਅਰ ਦਾ ਹੈਗਾ ਤੁਹਾਡੇ ਕੋਲ, ਤੁਸੀਂ ਅਪਲਾਈ ਕਰ ਸਕਦੇ ਹੋ। ਜਾਂ ਫਿਰ ਪੋਸਟ ਗ੍ਰੈਜੂਏਸ਼ਨ ਪਾਰਟ ਟਾਈਮ MBA ਤੁਸੀਂ ਡਿਗਰੀ ਕੀਤੀ ਹੋਈ ਹੈ ਤਾਂ ਅਪਲਾਈ ਕਰ ਸਕਦੇ ਹੋ ਫਾਈਨਾਂਸ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਆਉਂਦੀ ਹੈ ਮੈਨੇਜਰ ਹਿੰਦੀ, ਜਿਨ੍ਹਾਂ ਨੇ ਮਾਸਟਰ ਡਿਗਰੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਕੀਤੀ ਹੈ ਹਿੰਦੀ ਸਬਜੈਕਟ ਦੇ ਨਾਲ ਐਂਡ ਇੰਗਲਿਸ਼ ਦੇ ਨਾਲ, ਅਤੇ ਉਹ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਨੇ ਜੀ। ਉਸ ਤੋਂ ਬਾਅਦ ਸਟੈਨੋ ਗ੍ਰੇਡ 2 ਦੀਆਂ ਵੈਕੈਂਸੀਜ਼ ਨੇ। ਠੀਕ ਹੈ ਜੀ। ਕਾਫੀ ਸਾਰੇ ਕੈਂਡੀਡੇਟਸ ਨੂੰ ਇਹੀ ਲੱਗਦਾ ਸੀਗਾ ਕਿ ਸਿਰਫ ਇਹਦੇ ਵਿੱਚ ਜਿਹੜੀਆਂ ਨੇ ਫੂਡ ਇੰਸਪੈਕਟਰ ਦੀਆਂ ਵੈਕੈਂਸੀਜ਼ ਆਉਂਦੀਆਂ, ਅਤੇ ਇੱਦਾਂ ਨਹੀਂ ਹੈ ਜੀ। ਇਸਦੇ ਵਿੱਚ ਹੋਰ ਵੀ ਵੈਕੈਂਸੀਜ਼ ਹੁੰਦੀਆਂ ਨੇ ਜਿਹੜੀਆਂ ਆਊਟ ਹੁੰਦੀਆਂ ਨੇ, ਜਿਨ੍ਹਾਂ ਲਈ ਤੁਸੀਂ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰੀਏ, ਇਸਦੇ ਵਿੱਚ ਅਸਿਸਟੈਂਟ ਗ੍ਰੇਡ 2 ਦੀ ਵੈਕੈਂਸੀ ਹੈ, ਜਿਸ 'ਚ ਤੁਸੀਂ ਅਗਰ ਇਸਦੇ ਵਿੱਚ ਡਿਗਰੀ ਕੀਤੀ ਹੋਈ ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਹਿੰਦੀ ਦੇ ਵਿੱਚ, ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ, 1 ਈਅਰ ਦਾ ਐਕਸਪੀਰੀਅੰਸ। ਉਸ ਤੋਂ ਬਾਅਦ ਆਉਂਦੀ ਹੈ ਟਾਈਪਿਸਟ ਦੀ ਵੈਕੈਂਸੀ ਹੈ, ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਇਸਦੇ ਇਕੁਅਲੈਂਟ ਤੁਹਾਡੇ ਕੋਲ ਹੈਗੀ ਹੈ ਕੁਆਲੀਫਿਕੇਸ਼ਨ, 30 words per minute ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਠੀਕ ਹੈ ਜੀ। ਤੁਹਾਡੀ ਸਪੀਡ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ, ਇਸਦੇ ਵਿੱਚ ਵਾਚਮੈਨ ਦੀਆਂ ਵੈਕੈਂਸੀ ਨੇ, ਜਿਸ 'ਚ 8ਵੀਂ ਪਾਸ ਕੈਂਡੀਡੇਟ ਐਲੀਜੀਬਲ ਹੁੰਦੇ ਨੇ, ਅਪਲਾਈ ਕਰ ਸਕਦੇ ਨੇ। ਉਸ ਤੋਂ ਬਾਅਦ ਅਸਿਸਟੈਂਟ ਗ੍ਰੇਡ 3 ਦੀਆਂ, ਜਿਸ 'ਚ ਗ੍ਰੈਜੂਏਸ਼ਨ ਵਾਲੇ, ਅਸਿਸਟੈਂਟ ਗ੍ਰੇਡ 3 ਅਕਾਊਂਟਸ ਦੀਆਂ, ਬੈਚਲਰ ਜਿਨ੍ਹਾਂ ਨੇ ਕਮਰਸ ਵਿੱਚ ਕੀਤੀ ਹੋਈ ਹੈ ਉਹ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਨੇ ਜੀ। ਅਸਿਸਟੈਂਟ ਗ੍ਰੇਡ 3 ਟੈਕਨੀਸ਼ੀਅਨ ਦੇ ਵਿੱਚ BSc ਵਾਲੇ ਵੀ, ਈਵਨ ਇੰਜੀਨੀਅਰਿੰਗ ਵਾਲੇ ਵੀ ਅਪਲਾਈ ਜਿਹੜਾ ਉਹ ਕਰ ਸਕਦੇ ਨੇ ਇਸਦੇ ਵਿੱਚ। ਸੋ ਇਹਦੇ ਲਈ ਅਲੱਗ ਅਲੱਗ ਵੈਕੈਂਸੀਜ਼ ਜਿਹੜੀਆਂ ਨੇ ਉਹ ਹੁੰਦੀਆਂ ਨੇ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰਾਂ, ਇਸਦੇ ਵਿੱਚ ਅਸਿਸਟੈਂਟ ਗ੍ਰੇਡ 3 ਡਿਪੋ ਦੀਆਂ ਵੈਕੈਂਸੀਜ਼ ਨੇ, ਜਿਹਦੇ ਵਿੱਚ ਅਗਰ ਅਸੀਂ ਗੱਲ ਕਰੀਏ ਇਹ ਵੈਕੈਂਸੀਜ਼ ਦੇ ਲਈ, ਜਿਹੜਾ ਤੁਸੀਂ ਗ੍ਰੈਜੂਏਸ਼ਨ ਡਿਗਰੀ ਕੀਤੀ ਹੋਈ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ, ਇਸਦੇ ਵਿੱਚ ਜਿਹੜੀਆਂ ਤੁਹਾਡੀਆਂ ਵੈਕੈਂਸੀਜ਼ ਰਹਿਣਗੀਆਂ, ਇਸਦੇ ਵਿੱਚ
ਤੁਸੀਂ ਅਗਰ ਮੈਨੇਜਰ ਪ੍ਰੋਫਾਈਲ ਲਈ ਅਪਲਾਈ ਕਰਨਾ ਚਾਹੁੰਦੇ ਹੋ 28 ਸਾਲ ਤੱਕ ਦੇ ਕੈਂਡੀਡੇਟ, ਮੈਨੇਜਰ ਹਿੰਦੀ ਦੇ ਲਈ 35 ਸਾਲ, ਜੂਨੀਅਰ ਇੰਜੀਨੀਅਰ ਦੇ ਲਈ 28 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਉਸ ਤੋਂ ਬਾਅਦ ਨੈਕਸਟ ਸਟੈਨੋ ਗ੍ਰੇਡ 2 ਦੇ ਲਈ 25 ਸਾਲ, ਟਾਈਪਿਸਟ ਹਿੰਦੀ ਦੇ ਲਈ 25 ਸਾਲ, ਵਾਚਮੈਨ ਦੇ ਲਈ 25 ਸਾਲ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ। ਐਫ ਸੀ ਅਸਿਸਟੈਂਟ ਗ੍ਰੇਡ 2 ਦੀਆਂ 3 ਦੀਆਂ 27 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਅਸਿਸਟੈਂਟ ਗ੍ਰੇਡ 3 ਹਿੰਦੀ ਦੇ ਲਈ 28 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥੇ, ਇਸ ਦੇ ਵਿੱਚ ਜਿਹੜੇ ਕੈਂਡੀਡੇਟ ਨੇ ਜਿਨ੍ਹਾਂ ਨੇ ਮੈਨੇਜਰ ਪ੍ਰੋਫਾਈਲ ਹਿੰਦੀ ਲਈ ਅਪਲਾਈ ਕਰਨਾ, ਉਹਨਾਂ ਲਈ ਔਨਲਾਈਨ ਕੰਪਿਊਟਰ ਬੇਸਡ ਟੈਸਟ ਪਲੱਸ ਇੰਟਰਵਿਊ ਹੋਏਗਾ। ਅਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਮੈਨੇਜਰ ਜਨਰਲ ਡਿਪੋ ਅਕਾਊਂਟ ਇਲੈਕਟ੍ਰੀਸ਼ੀਅਨ ਦੇ ਲਈ ਕੰਪਿਊਟਰ ਬੇਸਡ ਟੈਸਟ ਇੰਟਰਵਿਊ ਟ੍ਰੇਨਿੰਗ ਹੋਏਗੀ, ਅਤੇ ਪਲੱਸ ਜਿਹੜੇ ਕੈਂਡੀਡੇਟਸ ਤੁਹਾਡੇ ਇੱਥੇ ਹੁੰਦੇ ਉਹਨਾਂ ਦੇ ਮੈਡੀਕਲ ਵੀ ਹੋਣਗੇ ਕੈਂਡੀਡੇਟਸ ਦੇ, ਉਹ ਤੁਸੀਂ ਚੈੱਕ ਕਰ ਲੈਣਾ ਜੀ। ਉਸ ਤੋਂ ਬਾਅਦ ਤੁਹਾਡਾ ਰਿਟਨ ਟੈਸਟ ਜਿਹੜਾ ਹੋਣਾ ਜੀ, ਇੰਗਲਿਸ਼ ਲੈਂਗੁਏਜ ਦੇ 25 ਕੁਸ਼ਚਨ 25 ਮਾਰਕਸ ਦੇ ਰਹਿਣਗੇ, ਰੀਜਨਿੰਗ ਐਬਿਲਿਟੀ ਦੇ 25 ਕੁਸ਼ਚਨ 25 ਮਾਰਕਸ ਦੇ, ਨਮੈਰੀਕਲ ਐਪਟੀਟਿਊਡ ਦੇ 25 ਕੁਸ਼ਚਨ 25 ਮਾਰਕਸ ਦੇ, ਜਨਰਲ ਸਟੱਡੀਜ਼ ਦੇ ਤੁਹਾਡੇ ਜਿਹੜੇ 25 ਕੁਸ਼ਚਨ 25 ਮਾਰਕਸ ਦੇ ਰਹਿਣਗੇ, ਜੋ ਕਿ ਤੁਹਾਡੇ ਰੈਲਵੈਂਟ ਡਿਸਿਪਲਨ ਦੇ ਜਿਹੜੀ ਤੁਸੀਂ ਕੀਤੀ ਹੋਈ ਹੈ ਉਹਦੇ ਅਕੋਰਡਿੰਗਲੀ ਤੁਹਾਡੇ ਆਉਣਗੇ ਜੀ। ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ, ਇਹ ਨੋਟੀਫਿਕੇਸ਼ਨ ਜਿਹੜਾ 2024 ਦਾ ਹਲੇ ਆਊਟ ਹੋਣਾ ਹੈ ਜੀ, ਠੀਕ ਹੈ ਜੀ। ਇਹ ਵੈਕੈਂਸੀਜ਼ ਹਰ ਸਾਲ ਆਊਟ ਹੁੰਦੀਆਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਇਹਦੇ ਲਈ ਲਿੰਕ ਵਗੈਰਾ ਡਿਸਕ੍ਰਿਪਸ਼ਨ 'ਚ ਮੈਂ ਤੁਹਾਨੂੰ ਦੇ ਦੇਵਾਂਗਾ ਸਿਲੇਬਸ ਦੇ, ਪਲੱਸ ਇਸ ਨੋਟੀਫਿਕੇਸ਼ਨ ਨੂੰ ਚੈੱਕ ਕਰਨ ਦੇ ਜਿਹੜਾ ਤੁਹਾਡੇ ਪ੍ਰੀਵੀਅਸ ਨੋਟੀਫਿਕੇਸ਼ਨ ਨੇ। ਸੋ ਤੁਸੀਂ ਚੈੱਕ ਕਰਕੇ ਇਹਦੇ ਲਈ ਜ਼ਰੂਰ ਤੋਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ। ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਵੈਕੈਂਸੀਜ਼ ਜਿਹੜੀਆਂ ਨੇ ਉਹ ਲੈ ਕੇ ਆਉਂਦਾ ਹੀ ਰਹਿਣਾ। ਸੋ ਤੁਸੀਂ ਚੈੱਕ ਕਰਕੇ ਅਪਲਾਈ ਜ਼ਰੂਰ ਕਰ ਲੈਣਾ ਜੀ। ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ ਜੀ। ਹੋਰ ਕਿਸੇ ਅਪਡੇਟ, ਭਰਤੀ ਦੀ ਅਪਡੇਟ ਬਾਰੇ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ। ਸੋ ਇਹ ਅੱਜ ਦਾ ਅਪਡੇਟ ਹੈ ਜੀ, ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।